ਜਿਹਦੇ ਕੋਲੋਂ ਸੜਦੀ ਏ ਸਾਰੀ ਦੁਨੀਆ, ਸਾਰੇ ਉਹਨੂੰ ਔਜਲਾ ਹੀ ਕਹਿਣ ਦਿੱਤੀਏ, ਉਹ ਜਿਵੇਂ ਗਿਰਾਕ ਬੁੱਕ। ਸਤਿ ਸ੍ਰੀ ਅਕਾਲ ਜੀ, ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਡੋਂਟ ਲੁੱਕ ਟੂ ਔਨ ਟੌਪ ਟੂ ਵੀ ਆ ਗਿਆ ਅਤੇ ਡੋਂਟ ਲੁੱਕ ਟੂ ਵੀ ਆ ਗਿਆ ਕਰਨ ਔਜਲਾ, ਅਤੇ ਨੋ ਰੇਟਿੰਗ ਦੇ ਵਿੱਚ ਹਜੇ ਸੌਂਗ ਹੈ। ਅਤੇ ਬਾਈ ਫਿਰ ਵੀ ਕੱਲ੍ਹ ਦੇ ਸੌਂਗ ਆਏ ਹੋਏ ਨੇ ਅਤੇ ਚੱਲ ਰਹੇ ਨੇ ਵਧੀਆ, ਅਤੇ ਆਓ ਚੈੱਕ ਕਰਦੇ ਹਾਂ ਕਿਵੇਂ ਦਾ ਹੋਣਾ ਕਰਦਾ ਹੈ ਡੋਂਟ ਲੁੱਕ ਟੂ ਕਰਨ ਔਜਲਾ। ਲੀਕ ਵੀ ਹੋਇਆ ਸੀ ਪਰ ਕਰਨ ਔਜਲੇ ਨੇ ਕਿਹਾ ਸੀ ਕਿ ਲਿਰਿਕਸ ਉਹ ਨਹੀਂ ਹੋਣਗੇ ਚੇਂਜ ਹੋਣਗੇ, ਸੋ ਚੈੱਕ ਕਰਦੇ ਮਿਊਜ਼ਿਕ ਬੜਾ ਪਿਆਰਾ ਪੁਰਾਣੇ ਵਾਲੀ ਸਟਾਈਲ। ਸਾਡੇ ਆਡਰਾਂ ਤੋਂ ਹੱਡਰਾਂ ਨੂੰ, ਥੰਮਾਂ ਨਾਲੇ ਗਾਡਰਾਂ ਨੂੰ ਇੱਕ ਵਾਰੀ ਸੋਹਣੀਏ ਸਨੇਹੇ ਲੱਗਦੇ। 10-10 ਸਾਲ ਜਿਹੜੇ ਕੱਟ ਕੇ ਆਏ ਆ ਕੁੜੇ, ਉਹਨਾਂ ਨੂੰ ਸਵਾਦ ਵੀ ਆ ਬੇਹ ਲੱਗਦੇ। ਸ਼ੱਕ ਨਾ ਕਰੀਨੀ ਪੱਕ ਠੱਕ ਨਾ ਕਰੀਨੀ, ਹੋ ਜੂ ਮਿੱਤਰਾਂ ਨਾ ਪਿਆਰੇ ਉੱਤੇ ਅੱਖ ਨਾ ਕਰੀਨੀ। ਕੁੰਤ ਮਹਾ ਸਰੀਰ ਧੁੰਦੀ ਗੁੱਤ ਗੋਰੀਏ, ਕੱਚ ਦਾ ਏ ਦਿਲ ਜਾਊ ਟੁੱਟ ਗੋਰੀਏ। ਉਹ ਸਿਰੇ ਦੀਆਂ ਪਹਿਲੀਆਂ ਤੂੰ ਜੱਟ ਮੈਨ ਮੇਨ, ਸਾਡੀ ਨੀ ਬਣੀ ਕਿੱਥੋਂ ਆ ਤੂੰ ਅਮਰੀਕਾ ਮਹਿਲ ਦੇ। ਜਿਵੇਂ ਟੁੱਟੀ ਹੋਈ ਆ ਛਾਤੀ ਉਵੇਂ ਟੁੱਟੇ ਹੋਇਆ ਜੱਟ, ਜਿਵੇਂ ਸੜਿਆ ਮਕਾਨੀ ਉਵੇਂ ਸੜਦਾ ਜਹਾਨ। ਸ਼ਿਕਾਰੀ ਜਿਵੇਂ ਪਹਿਲਾਂ ਸੀ ਉਹਨਾਂ ਦੀ, ਉਵੇਂ ਹੁਣ ਮੇਰੀ ਵਾਰੀ। ਜਿਵੇਂ ਜ਼ਖਮ ਮਲਮ ਜਿਵੇਂ ਕਾਗਜ਼ੀ ਕਲਮ, ਉਵੇਂ ਰਹਿਣ ਕਿੱਥੇ ਦਿੰਦੀ ਇਹ ਦੁਨੀਆਦਾਰੀ। ਕੀ ਦਰਾ ਕਰੇਗੀ ਦੁੱਖ ਸੁੱਖ ਗੋਰੀਏ, ਨੀ ਹੋਜੂ ਬੈਲੀ ਨਾਲ ਪਿਆਰ ਟੁੱਟ ਲੁੱਕ ਗੋਰੀਏ। ਪਾਣੀ ਦਾ ਕੜਾ ਮੈਂ ਜਾਣਾ ਮੁੱਕ ਗੋਰੀਏ, ਨੀ ਹੋਜੂ ਬੈਲੀ ਨਾਲ ਪਿਆਰ ਟੁੱਟ ਲੁੱਕ ਗੋਰੀਏ। ਬਾਬੇ ਦੀ ਅਮੇਰ ਕਰਾਂ ਪਿਆਰਾਂ ਦੀ ਨਾ ਕੇਰ, ਜੱਟ ਪਾਣੀ ਵਿੱਚ ਸ਼ਾਰਕਾਂ ਤੇ ਜੰਗਲ ਚ ਸ਼ੇਰ, ਜੱਟ ਡੀਸੀ ਵਾਲਾ ਬੇਰ, ਹੱਥ ਨੋਟਾਂ ਦੇ ਬਰੀਫ ਕੇਸ, ਨਿੱਤ ਦੇ ਪੁਲਿਸ ਕੇਸ, ਨਿੱਤ ਦੇ ਪੁਲਿਸ ਕੇਸ। ਨਾਲ ਤੋਂ ਮਿਲਾਨ ਸਾਡਾ ਚੱਲਦਾ ਸਮਾਨ, ਤੇਰਾ ਹੋਜੂ ਨੁਕਸਾਨ, ਨੀ ਤੂੰ ਕੱਲ ਦੀ ਰਕਾਨ। ਮਾੜੇ ਬੜੇ ਲੇਖ ਅੱਗ ਦੂਰੋਂ ਦੂਰੋਂ ਸੇਕ, ਤੈਨੂੰ ਵਾਰਨਿੰਗ ਦਿੰਨਾ ਮੌਤ ਨੇੜੇ ਤੋਂ ਨਾ ਦੇਖ। ਆਓ ਗੋਟੇ ਉੱਤੇ 1.5 ਲੱਖ ਪੈਰਾਂ ਵਿੱਚ, ਫੇਰ ਲੱਖ ਗੱਡੀਆਂ ਕਰੋੜਾਂ ਵਿੱਚ, ਜਿਹਦੇ ਉੱਤੇ ਤੇਰੀ ਅੱਖ। ਸ਼ੇਰਾਂ ਨੂੰ ਨਾ ਕੀਲੇ ਕਦੇ ਬੀਨ ਜੱਟੀਏ, ਲਾਈਫ ਮੇਰੀ ਮੂਵੀ ਭੈੜਾ ਸੀਨ ਜੱਟੀਏ। ਤੇਰੀਆਂ ਸਹੇਲੀਆਂ ਦੀ ਚੁੱਕ ਗੋਰੀਏ, ਨੀ ਹੋਜੂ ਬੈਲੀ ਨਾਲ ਪਿਆਰ ਟੁੱਟ ਲੁੱਕ ਗੋਰੀਏ। ਲਾਈਫ ਚ ਸਪੋਰਟ ਸਾਰੇ ਬੁੱਕ ਗੋਰੀਏ, ਨੀ ਹੋਜੂ ਬੈਲੀ ਨਾਲ ਪਿਆਰ ਟੁੱਟ ਲੁੱਕ ਗੋਰੀਏ। ਤੇਰੇ ਪਿੱਛੇ ਛੱਡੂ ਕਿਵੇਂ 10-34 ਨੂੰ, ਬੇਬੀ ਆਈ ਲਾਈਕ ਯੂ, ਨੀ ਜਾ ਕੇ ਆਖੀ ਹੋਰ ਨੂੰ। ਯਾਰੀਆਂ ਦੇ ਪਿੱਛੇ ਜਿਹੜੇ ਯਾਰਾਂ ਦੇ ਸਰੀਰ ਤੇ ਨੇ, ਤੈਨੂੰ ਕੁੱਝ ਲੱਭਣਾ ਨੀ ਟੱਕਾਂ ਦੀ ਟਕੋਰ ਨੂੰ। ਔਖਾ ਤੈਨੂੰ ਵੀ ਕੂੜੇ ਰਹਿਣ ਲੱਗੂਗਾ, ਔਖਾ ਤੈਨੂੰ ਦੁੱਖ ਵਾਲਾ ਸਹਿਣ ਲੱਗੂਗਾ। ਦੇਖੀ ਤੂੰ ਧਿਆਨ ਨਾਲ ਜੱਟ, ਜਦੋਂ ਮਰਨਾ ਨੀ ਉਸ ਦਿਨ ਚੰਨ ਨੂੰ ਗ੍ਰਹਿਣ ਲੱਗੂਗਾ। ਉਹ ਤੇਰੀ ਹੋਰ ਮੇਰੀ ਹੋਰ ਲੈਣ ਜੱਟੀਏ, ਕਿੰਨੇ ਆ ਦਿਸ਼ਾ ਚੋਂ ਜੱਟ ਬੈਨ ਜੱਟੀਏ। ਜਿਹਦੇ ਕੋਲੋਂ ਸੜਦੀ ਏ ਸਾਰੀ ਦੁਨੀਆ, ਸਾਰੇ ਉਹਨੂੰ ਔਜਲਾ ਹੀ ਕਹਿਣ ਜਾਈਏ। ਉਹ ਜਿਵੇਂ ਗਿਰਾਕ ਫੁੱਕ ਫੁੱਕ ਗੋਰੀਏ, ਨੀ ਹੋਜੂ ਬੈਲੀ ਨਾਲ ਪਿਆਰ ਟੁੱਟ ਲੁੱਕ ਗੋਰੀਏ। ਖੋਰੇ ਕਿਹੜਾ ਲਵੇ ਕਦੋਂ ਡੁੱਕ ਗੋਰੀਏ, ਨੀ ਹੋਜੂ ਬੈਲੀ ਨਾਲ ਪਿਆਰ ਟੁੱਟ ਲੁੱਕ ਗੋਰੀਏ। ਯਾਰ ਤੇ ਮਰੇ ਮੈਂ ਹਥਿਆਰ ਤੇ ਮਰਦਾ, ਤੂੰ ਕਾਰ ਤੇ ਮਰੇ ਤੇ ਮੈਂ ਵਪਾਰ ਤੇ ਮਰਦਾ। ਤੂੰ ਡੇਟ ਕਰਨਾ ਮੈਂ ਥੋੜਾ ਲੇਟ ਕਰਨਾ, ਨੀ ਤੈਨੂੰ ਮੌਤ ਤੋਂ ਬਾਅਦ ਮਿਲੂੰਗਾ ਜੇ ਵੇਟ ਕਰਨਾ। ਕਦੇ ਇੰਨ ਕਦੇ ਬਾਹਰ, ਕਦੇ ਦੁਖੀ ਕਦੇ ਸੁਖੀ, ਕਦੇ ਮੂਹਰੇ ਘਰਾਂ ਕੂੜੇ, ਕਦੇ ਜਾਵਾਂ ਮੈਂ ਵੀ ਲੁਕੀ। ਅਸੀਂ ਕਰਦੇ ਕਰਾਈਮ, ਸਾਡਾ ਮਾੜਾ ਚੱਲੇ ਟਾਈਮ, ਦੱਸਾਂ ਜ਼ਿੰਦਗੀ ਮੇਰੀ ਮੈਂ ਤੈਨੂੰ ਕਰ ਕਰ ਰਾਈਮ। ਜਿਹੜਾ ਰੋਗ ਸਾਨੂੰ ਆ ਨਾ ਕੁੜੀਏ, ਉਹਦੀ ਦਵਾਈ ਮੁੱਕੀ ਹੋਈ ਆ। ਆਪਦੇ ਬਾਰੇ ਕਦੇ ਫੇਰ ਦੱਸੂਗਾ ਬੁੱਗੇ, ਅੱਜ ਸ਼ਾਈ ਮੁੱਕੀ ਹੋਈ ਆ। ਕਿਆ ਬਾਤ ਹੈ, ਜਿਵੇਂ ਕਹਿ ਲਈਏ ਘਰ ਸੜਦਾ ਹੈ, ਉਵੇਂ ਕਹਿੰਦੇ ਦੁਨੀਆ ਸੜਦੀ ਹੈ ਕਿਸੇ ਦੀਆਂ ਤਰੱਕੀਆਂ ਵੇਖ ਕੇ। ਕਈ ਤਰੱਕੀਆਂ ਵੇਖ ਕੇ ਸੜਦੇ ਨੇ,
ਗੱਲ ਕੀਤੀ ਹੈ, ਮੈਂ ਵੀ ਇੱਕ ਪਾਣੀ ਦੇ ਘੜੇ ਵਾਂਗੂ ਹਾਂ, ਇੱਕ ਨਾ ਇੱਕ ਦਿਨ ਮੁੱਕ ਹੀ ਜਾਣਾ। ਪਰ ਯਾਦ ਰੱਖਿਓ, ਜਦੋਂ ਪਤਾ ਹੋਵੇ ਨਾ ਕਿ ਬੰਦੇ ਨੇ ਇੱਕ ਨਾ ਇਹ ਥਿੰਕਿੰਗ ਦਿਮਾਗ ਦੇ ਵਿੱਚ, ਮਾਇੰਡ ਦੇ ਵਿੱਚ ਸੈੱਟ ਹੋ ਜਾਈਏ, ਯਾਰ ਪਤਾ ਨਹੀਂ ਕਦੋਂ ਇਸ ਸੰਸਾਰ ਦੇ ਅੰਦਰੋਂ ਚਲੇ ਜਾਈਏ, ਫਿਰ ਕੁਝ ਕਰਕੇ ਦਿਖਾ ਕੇ ਜਾਣਾ ਚਾਹੀਦਾ। ਕਹਿ ਲਈਏ ਕਿ ਜਿਹੜਾ ਅਨਾਰ ਜਦੋਂ ਆਪਾਂ ਦੀਵਾਲੀ ਵਾਲੇ ਦਿਨ ਚਲਾਉਂਦੇ ਹਾਂ ਨਾ, ਉਹ ਜਦੋਂ ਚੱਲਦਾ ਹੈ ਨਾ, ਪੂਰਾ ਐਂ ਚਾਨਣ ਕਰ ਜਾਂਦਾ ਹੈ, ਪੂਰਾ ਐਂ ਦਿਨ ਚੜ੍ਹਾ ਜਾਂਦਾ ਹੈ, ਪਰ ਕੁਝ ਕਰਕੇ ਜਾਂਦਾ ਹੈ, ਦਿਨ ਚੜ੍ਹਾ ਕੇ ਜਾਂਦਾ ਹੈ, ਫਿਰ ਪਤਾ ਲੱਗਿਆ ਵੀ ਅਨਾਰ ਚੱਲਿਆ। ਇਸ ਕਰਕੇ ਬੰਦੇ ਦੀ ਵੀ ਇਸ ਤਰ੍ਹਾਂ ਹੀ ਆ ਕਿ ਜ਼ਿੰਦਗੀ ਦੇ ਵਿੱਚ ਆਹ ਸਾਹ ਚੱਲ ਰਹੇ ਨਾ, ਇਹਨਾਂ ਚੱਲਦੇ ਸਾਹਾਂ ਦੇ ਵਿੱਚ ਕੁਝ ਐਸਾ ਜੀਵਨ ਦੇ ਵਿੱਚ ਕਮਾ ਕੇ ਕਰਕੇ ਜਾਓ, ਜਿਹਦੇ ਕਰਕੇ ਦੁਨੀਆ, ਬਾਕੀ ਦੁਨੀਆ ਦੀ ਤਾਂ ਇਹ ਛੱਡੋ, ਕਿਉਂਕਿ ਦੁਨੀਆ 'ਤੇ ਚੰਗੇ ਨੂੰ ਵੀ ਨਿੰਦਦੀ ਹੈ, ਮਾੜੇ ਨੂੰ ਵੀ ਨਿੰਦਦੀ ਹੈ। ਆਰੀ ਦੇ ਇੱਕ ਬੰਨੇ ਦੰਦੇ ਹੁੰਦੇ, ਦੁਨੀਆ ਦੇ ਦੋ ਬੰਨੇ ਹੁੰਦੇ ਆ, ਪਰ ਆਪਣੇ ਵਾਸਤੇ ਕੁਝ ਕਰਕੇ ਦਿਖਾਓ, ਕਿ ਜੀਵਨ ਦੇ ਬੱਚੇ ਪਤਾ ਲੱਗੇ ਕਿ ਹਾਂ ਵੀ ਮੈਂ ਇੱਕ ਦਿਨ ਵੀ 100 ਸਾਲਾਂ ਦੇ ਬਰਾਬਰ ਜੀ ਕੇ ਜਾਓ, ਭਾਵ ਕਿ ਇੱਕ ਇੱਕ ਦਿਨ ਸਕੂਨ ਵਾਲਾ, ਆਨੰਦ ਵਾਲਾ, ਇੰਜੋਇਮੈਂਟ, ਖੁਸ਼ੀਆਂ ਵਾਲਾ, ਕਹਿ ਲਈਏ ਕਿ ਰਿਲੈਕਸ ਹੋਣ ਵਾਲਾ, ਕਿਸੇ ਚੀਜ਼ ਦੀ ਟੈਨਸ਼ਨ ਨਹੀਂ, ਸਭ ਕੁਝ ਪਰਿਵਾਰਾਂ ਦੇ ਨਾਲ ਟਾਈਮ ਸਪੈਂਡ ਕਰਨ ਵਾਲਾ। ਕਿਸੇ ਨੂੰ ਹੁੰਦਾ ਨਾ ਕਿ ਜਦੋਂ ਮਾਂ ਕੋਲ ਹੁੰਦੀ ਹੈ ਉਦੋਂ ਮਾਂ ਦੀ ਪਰਵਾਹ ਨਹੀਂ ਹੁੰਦੀ, ਉਦੋਂ ਮਾਂ ਕੋਲ ਬੈਠਣਾ ਨਹੀਂ, ਪਿਓ ਕੋਲ ਬੈਠਣਾ ਨਹੀਂ, ਪਰ ਜਦੋਂ ਉਹੀ ਮਾਂ ਜਾਂ ਬਾਪ ਨਹੀਂ ਰਹਿੰਦਾ, ਫਿਰ ਸਟੇਟਸਾਂ ਜੋਗੇ ਮਾਂ ਪਿਓ ਰਹਿ ਜਾਂਦੇ ਨੇ, ਆਈ ਮਿਸ ਯੂ ਮੋਮ ਅਤੇ ਆਈ ਮਿਸ ਯੂ ਡੈਡ। ਇਸ ਕਰਕੇ ਸਟੇਟਸਾਂ ਜੋਗੇ ਨਾ ਮਾਂ ਪਿਓ ਇਕੱਲੇ ਰੱਖਿਓ, ਮਾਂ ਪਿਓ ਦੇ ਨਾਲ ਟਾਈਮ ਸਪੈਂਡ ਕਰਿਓ, ਉਹਨਾਂ ਦਾ ਹਾਲ ਚਾਲ ਪੁੱਛਿਓ, ਪਤਾ ਲੱਗੇ ਕਿ ਸਾਡਾ ਪੁੱਤ, ਸਾਡੀ ਧੀ, ਸਾਡੀ ਸਾਨੂੰ ਸਾਡੀ ਕੇਅਰ ਕਰਦੇ ਨੇ, ਸਾਨੂੰ ਪੁੱਛਦੇ ਕਿਸੇ ਨੇ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਓ। ਸੋ ਬਹੁਤ ਪਿਆਰਾ ਡੋਂਟ ਲੁੱਕ ਟੂ ਸੌਂਗ, ਅਤੇ ਆਪਣੇ ਜੀਵਨ ਦੇ ਵਿੱਚ ਇਹ ਜ਼ਰੂਰ ਲੈ ਕੇ ਜਾਇਓ ਕਿ ਬਾਈ ਪਤਾ ਨਹੀਂ ਕਦੋਂ ਕੀ ਹੋ ਜਾਏ, ਅਤੇ ਇਸ ਕਰਕੇ ਅੱਜ ਤੋਂ ਇੰਜੋਏ ਕਰੀਏ, ਹੱਸਦੇ ਵਸਦੇ ਰਹੀਏ, ਖੁਸ਼ੀਆਂ ਮਾਣੀਏ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ। ਸਤਿ ਸ਼੍ਰੀ ਅਕਾਲ, ਬਾਏ ਬਾਏ।